ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਆਪਾਂ ਪਹੁੰਚ ਗਏ ਸੀ ਹਰਿਆਣੇ ਡੱਬ ਵਾਲੀ ਕੋਲ, ਪਿੰਡ ਜੋਤਾਂ ਵਾਲੀ, ਅਤੇ 55-02 ਜਿਹੜਾ ਹੈਗਾ ਪੋਰਚ ਥੱਲੇ ਭਾਅ ਜੀ ਨੇ ਲਾ ਤਾ, ਅਤੇ ਪਿੱਛੋਂ ਬੈਕ ਤੁਸੀਂ ਵੇਖ ਸਕਦੇ ਹਾਂ ਰੇਡੀਅਲ ਟਾਇਰਾਂ ਨਾਲ। ਅੱਜ ਆਪਾਂ ਨਾਲੇ ਤਾਂ ਭਾਅ ਜੀ ਨਾਲ ਗੱਲਬਾਤ ਕਰਾਂਗੇ, ਨਾਲੇ ਭਾਅ ਜੀ ਆਪਾਂ ਨੂੰ ਮੋਟਰ 'ਤੇ ਲੈ ਕੇ ਚੱਲੇ ਅੱਜ, ਵੇਖਦੇ ਹਾਂ ਕੀ ਪ੍ਰੋਗਰਾਮ ਅੱਜ ਦਾ। ਹੋਰ ਹੁਣ ਚੱਲੇ ਹਾਂ ਜੀ ਮੋਟਰ 'ਤੇ ਗੇੜੀ ਲਾਉਣ, ਟਰੈਕਟਰ 'ਤੇ ਹੀ ਚੱਲੀਏ ਭਾਅ ਜੀ। ਬ੍ਰੇਕਾਂ ਦੀ ਬ੍ਰੇਕ ਬਹੁਤ ਜ਼ਬਰਦਸਤ ਆ, ਬਹੁਤ ਜ਼ਬਰਦਸਤ, ਦੇਖ ਸਕਦੇ ਹੋ। ਮੋਟਰ 'ਤੇ ਜਾ ਰਹੇ ਹਾਂ ਭਾਅ ਜੀ ਨਾਲ, ਆਹ ਚੀਜ਼ ਬਹੁਤ ਵਧੀਆ ਲੱਗੀ ਹੈ। ਆਹ ਫੁੱਲਾਂ ਵਾਲੇ ਵੇਲਾਂ ਜਿਹੜੀਆਂ ਲਾਈਆਂ, ਭਾਅ ਜੀ ਦੀ ਮੋਟਰ 'ਤੇ ਪਹੁੰਚ ਗਏ ਹਾਂ, ਅਤੇ ਝੋਨਾ ਪਿਆ ਉਵੇਂ ਹੀ ਭਾਅ ਜੀ ਨੇ ਬਾਹਰ ਰੱਖ ਛੱਡਿਆ। ਆਹ ਜਿਹੜਾ ਕਿੰਨੂਆਂ ਦੇ ਬੂਟੇ ਲਾਉਣ ਵਾਸਤੇ, ਬਾਲਟਿਆਂ ਦੇ ਬੂਟੇ ਲਾਉਣ ਵਾਸਤੇ ਤਿਆਰ ਕੀਤਾ, ਵਿੱਚ ਮਿੱਟੀ ਪਈ ਹੈ, ਨਹਿਰ ਦੀ ਗੱਬ ਲਿਆ ਕੇ ਬੂਟੇ ਲਾ ਕੇ ਛੱਡ ਦੇਣੇ, ਬੂਟੇ ਘਰੇ ਪਏ ਆ। ਮਾਹੌਲ ਹੀ ਬਹੁਤ ਵਧੀਆ ਬਣਾ ਰੱਖਿਆ ਇੱਥੇ ਹਰਿਆਣੇ ਪੰਜਾਬ ਦੇ ਵਿੱਚ, ਮੋਟਰਾਂ ਦੇ ਮਾਹੌਲ ਵਾਕਈ ਬਹੁਤ ਵਧੀਆ ਹੁੰਦਾ। ਮੋਟਰ ਵੇਖੋ ਤੁਸੀਂ, ਮਾੜੇ ਬੰਦੇ ਦੀ ਰਹਿਣ ਦੀ ਕੋਠੀ ਹੈ ਇਹ। ਨਹੀਂ ਭਾਈ ਇਹ ਕਿੰਨੇ ਕਿੰਨੇ ਫੁੱਟ ਥੱਲੇ ਜਾਂਦਾ? 2 ਫੁੱਟ 45 ਖਿੱਚ ਲੈਂਦਾ ਪੂਰਾ ਹੈ, 4x4 ਜ਼ੋਰ ਤਾਂ ਬਹੁਤ ਲੱਗਦਾ ਭਾਜੀ ਆ ਜਿਹੜੇ ਹਾਲ ਦੇ ਵਿੱਚ ਆਉਂਦੇ ਨਾ ਪੱਕੀ ਜ਼ਮੀਨ 'ਚ ਇੱਕ ਵਾਲੀ, ਹੈਨਾ ਇੱਕ ਗੱਲ ਮੈਂ ਹੋਰ ਨੋਟ ਕੀਤੀ ਇੱਥੇ, ਇੱਥੇ ਜਿਵੇਂ ਝੋਨਾ ਬਾਹਰ ਪਿਆ, ਆ ਵੇਖੋ ਤੁਸੀਂ ਕਿੰਨਾ ਪਿਆ, ਅਤੇ ਉੱਧਰ ਜਿਹੜੇ ਸੰਦ ਪਏ ਆ ਸਾਰੇ ਉਹ ਬਿਨਾਂ ਸ਼ਟਰ ਤੋਂ ਪਏ ਆ, ਬਿਨਾਂ ਲੌਕ ਤੋਂ, ਅਤੇ ਇੱਥੋਂ ਦੇ ਬੰਦੇ ਮੈਨੂੰ ਵਧੀਆ ਇਮਾਨਦਾਰ ਲੱਗੇ,
ਕਿਉਂਕਿ ਕੋਈ ਖਰਾਬ ਨਹੀਂ ਕਰਦੇ, ਸਾਰਾ ਸਮਾਨ ਉਵੇਂ ਹੀ ਪਿਆ। ਆਪਣੇ ਉੱਥੇ ਰਾਜਸਥਾਨ ਹੋਵੇ ਜਾਂ ਪੰਜਾਬ, ਕਈ ਥਾਵਾਂ 'ਤੇ ਆਪਾਂ ਨੂੰ ਪਤਾ ਹੁੰਦਾ, ਬਾਕੀ ਏਰੀਏ ਏਰੀਏ ਦਾ ਫਰਕ ਹੁੰਦਾ, ਕੋਈ ਤਾਰ ਚੋਰੀ ਕਰਕੇ ਲੈਂਦਾ, ਕੋਈ ਊਂ ਚੱਕ ਕੇ ਲੈਂਦਾ, ਮੰਜੇ ਚੱਕ ਕੇ ਲੈਂਦਾ, ਵੇਖੋ ਉਵੇਂ ਪਿਆ। ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹ, ਇੱਥੋਂ ਦੀ ਹਰਿਆਣੇ ਦੇ ਵਿੱਚ ਬਹੁਤ ਵਧੀਆ ਏਰੀਆ ਲੱਗਿਆ ਇਹ, ਵੀ ਇੰਨੀ ਇਮਾਨਦਾਰੀ ਆ, ਨਹੀਂ ਤਾਂ ਲੋਕ ਛੱਡਦੇ ਨਹੀਂ ਕੁਛ ਅੱਜ ਕੱਲ੍ਹ। ਉੱਪਰ ਚੱਲਦੇ ਆ ਭਾਅ ਜੀ, ਵੀ ਮੋਟਰ ਵੇਹਨੇ ਆ। ਅੰਦਰ ਦਾ ਮਾਹੌਲ ਵੇਖ ਲਓ ਭਾਅ ਜੀ, ਪੂਰਾ ਹੀ ਮਾਹੌਲ ਬਣਾ ਰੱਖਿਆ ਤੁਸੀਂ। ਐਵ ਜਿਹਾ ਤਾਂ ਕੋਈ ਘਰੇ ਨਹੀਂ ਤਿਆਰ ਕਰਦਾ ਜਿਵੇਂ ਭਾਅ ਜੀ ਨੇ ਮੋਟਰ ਤਿਆਰ ਕਰ ਰੱਖੀ ਇੱਥੇ, ਪੂਰੇ ਗੱਦੇ LED ਪੈਨਲ, ਬਲੂਟੁੱਥ, AC, ਹੀਟਰ, ਵਾਟਰ ਕੂਲਰ, ਸਾਰਾ ਕੁਛ ਚਲਦੇ। ਤੇ ਦੇਖੋ ਤੁਸੀਂ ਮਾਹੌਲ,
ਸਾਡੇ ਆਪਣੇ ਆਉਂਦੀ ਗੰਗਾਨਗਰ ਜ਼ਿਲ੍ਹੇ ਦੀ ਗੱਲ ਕਰਦਾ, ਮੈਨੂੰ ਹਨੂੰਮਾਨਗੜ੍ਹ ਦਾ ਨਹੀਂ ਪਤਾ। ਗੰਗਾਨਗਰ ਜ਼ਿਲ੍ਹੇ ਦੇ ਵਿੱਚ ਜਦੋਂ ਅਸੀਂ ਮੋਟਰਾਂ ਛੱਡਦੇ ਹਾਂ ਆਪਾਂ ਨੂੰ ਰਾਤ ਦੀ ਲਾਈਟ ਹੁੰਦੀ ਆ ਉੱਥੇ 8 ਘੰਟੇ। ਜੇ ਉਹਨਾਂ ਨੇ 12 ਵਜੇ ਛੱਡਣੀ ਆ, ਪਾਵਰ ਦੇਣੀ ਆ, 3 ਫੇਸ ਦੇਣੀ ਆ 8 ਘੰਟੇ। ਜੇ ਉਹਨਾਂ ਨੇ ਰਾਤ ਨੂੰ 1 ਵਜੇ ਦਾ ਟਾਈਮ ਦੇਣਾ ਤਾਂ ਆਪਾਂ 1 ਵਜੇ ਤੱਕ ਲਾਈਟ ਡੀਕਦੇ ਰਹਿਣਾ, ਦਿਨੇ ਦੇਣੀ ਆ ਤਾਂ 8 ਘੰਟੇ। ਕੋਈ ਜ਼ਿਮੀਂਦਾਰ ਦਾ ਕੋਈ ਟਾਈਮ ਫਿਕਸ ਨਹੀਂ ਗਾ ਕੀਤਾ। ਇੱਥੇ ਜਿਹੜੀ ਸਿਸਟਮ ਆ, ਇੱਥੇ ਸਿਸਟਮ ਇਹ ਵੀ ਇੱਥੇ ਲਾਈਟ ਦੇਣੀ ਆ ਜ਼ਿਮੀਂਦਾਰਾਂ ਨੂੰ 18 ਘੰਟੇ। 18 ਘੰਟੇ ਇਹਨਾਂ ਨੇ ਪੂਰੇ ਕਰਨੇ ਆ। ਪੂਰੇ ਕਰਨ ਤੋਂ ਬਾਅਦ ਇਹਦੇ ਵਿੱਚ ਇੱਕ ਸਿਸਟਮ ਹੋਰ ਬਹੁਤ ਵਧੀਆ ਜੋੜਿਆ, ਆਪਣੇ ਟੂਲਾਂ 'ਤੇ ਜਦੋਂ ਲਾਈਟ ਜਾ ਵੜਦੀ ਆ, ਨਹੀਂ ਆਉਂਦੀ ਲਾਈਟ, ਬਿਲਕੁਲ ਹੀ ਬੰਦ ਹੋ ਜਾਂਦੀ ਆ। ਆਪਣੇ ਪਿੰਡ ਦੇ ਵਿੱਚ ਸਿੰਗਲ ਫੇਸ 'ਤੇ ਲਾਈਟ ਰਹਿੰਦੀ ਆ, ਠੀਕ ਆ। ਆਪਣੇ ਟੂਵੈਲ 'ਤੇ ਕੋਈ ਬੰਦਾ ਬੈਠਾ, ਹਨੇਰੇ 'ਚ ਬੈਠਾ, ਗਰਮੀ 'ਚ ਬੈਠਾ, ਕੋਈ ਕਿਸੇ ਨੂੰ ਮਤਲਬ ਨਹੀਂ ਗਾ ਜ਼ਿਮੀਂਦਾਰਾਂ ਨੂੰ, ਸਰਕਾਰ ਨੂੰ, ਵੀ ਬੈਠੇ ਆ ਜਦੋਂ 3 ਫੇਸ ਛੱਡਾਂਗੇ ਉਦੋਂ ਹੀ ਛੱਡਾਂਗੇ। ਆਪਾਂ ਜਾਂਦੇ ਹਾਂ ਰਾਤ ਨੂੰ 1 ਵਜੇ ਆਉਂਦੀ ਤਾਂ ਆਪਾਂ 9-10 ਵਜੇ ਜਾ ਕੇ ਬਹਿ ਜਾਂਦੇ ਹਾਂ ਉਹਦੇ ਉੱਥੇ ਜਾ ਕੇ, ਵੀ ਲਾਈਟ ਹੁਣ ਆਊਗੀ ਅਤੇ ਹੁਣ ਆਪਾਂ ਟੂਵੈਲ ਛੱਡਾਂਗੇ। ਇੱਥੇ ਸਿਸਟਮ ਹੋਰ ਆ, ਜਦੋਂ ਇੱਥੇ 3 ਫੇਸ ਲਾਈਟ ਉਹਨਾਂ ਨੇ ਬੰਦ ਕਰਤੀ, ਉਸ ਤੋਂ ਬਾਅਦ ਉਹਨਾਂ ਨੇ ਟੂਲਾਂ 'ਤੇ ਮੋਟਰ 'ਤੇ ਸਿੰਗਲ ਫੇਸ ਲਾਈਟ ਛੱਡਣੀ ਆ, ਠੀਕ ਆ। ਯਾਨੀ ਕਿ ਲਾਈਟ ਤੁਹਾਨੂੰ ਇੱਥੇ 24 ਘੰਟੇ ਹੀ ਮਿਲੂਗੀ, ਪਰ ਜਿਹੜੀ ਉਹਨਾਂ ਨੇ 3 ਫੇਸ ਛੱਡਣੀ ਆ ਉਹ 18 ਘੰਟੇ। ਅਤੇ ਜੇ ਉਹਨਾਂ ਵਿੱਚ ਕੱਟ ਮਾਰ ਗਏ, ਟਿਪ ਮਾਰ ਗਈ, ਉੱਥੇ ਟੂਬਲਾਂ ਦੇ ਉੱਤੇ ਸਿੰਗਲ ਫੇਸ ਲਾਈਟ ਰਹੂਗੀ ਹੀ ਰਹੂਗੀ ਇੱਥੇ। ਬਾਕੀ ਹੋਰ ਭਾਅ ਜੀ ਨੇ ਬਹੁਤ ਵਧੀਆ ਜਿਹੜੇ ਵੋਟਰ ਪੰਪ ਲਾਉਣੇ ਆ ਇੱਥੇ ਡਿੱਗੀ ਦੇ ਨਾਲ ਲਾਉਣੇ ਆ, ਬਹੁਤ ਵਧੀਆ। ਯਾਨੀ ਕਿ ਯਾਰ ਮੈਂ ਕੀ ਦੱਸਾਂ ਤੁਹਾਨੂੰ, ਮੈਂ ਸ਼ਾਇਦ ਮੈਂ ਹੀ ਪਹਿਲੀ ਵਾਰੀ ਇੱਥੇ ਮੋਟਰ ਐਵਨੀਆਂ ਵੇਖੀਆਂ, ਲੋਕਾਂ ਨੇ ਵੇਖੀਆਂ ਹੋਣੀਆਂ, ਪਰ ਇੱਥੇ ਜਿਹੜਾ ਵੀ ਭਾਅ ਜੀ ਨੇ ਕੰਮ ਕੀਤਾ ਹੋਇਆ ਉਹ ਸਿਰਾ ਹੀ ਲਾਤਾ ਭਾਅ ਜੀ ਨੇ ਤਾਂ। ਭਾਅ ਜੀ ਨੂੰ ਮੈਂ ਪੁੱਛਿਆ, ਆਹ ਜਿਹੜਾ ਝੋਨਾ ਭਾਅ ਜੀ ਜਿਹੜਾ ਤੁਸੀਂ ਰੱਖਿਆ, ਇਹ ਵੇਚ ਕਿਉਂ ਨਹੀਂ ਰਹੇ, ਵੀ ਕੀ ਚੱਕਰ ਕੀ ਆ? ਭਾਅ ਜੀ ਕਹਿੰਦੇ ਵੀ ਇਹ ਅਸੀਂ 15-20 ਦਿਨ ਮਹੀਨਾ ਠਹਿਰ ਕੇ ਵੇਚਾਂਗੇ, ਇੱਥੇ ਪਿਆ, ਆਹ ਖੁੱਲ੍ਹਾ ਹੀ ਪਿਆ ਝੋਨਾ, ਇੱਥੋਂ ਹੀ ਸੌਦਾ ਹੋ ਜਾਣਾ ਅਤੇ ਟਰੱਕ ਇੱਥੋਂ ਭਰ ਕੇ ਲੈ ਜਾਣਾ ਉਹਨਾਂ ਨੇ। ਘੱਟੋ ਘੱਟ 600-700 ਕੁਇੰਟਲ ਝੋਨਾ ਹੈਗਾ, ਇੱਥੋਂ ਲੈ ਜਾਣਾ ਭਰ ਕੇ। ਕਿੰਨੀ ਵਧੀਆ ਗੱਲ ਆ ਵੇਖੋ ਤੁਸੀਂ।
ਵਾਈਬਲ ਗੇਰ ਇਸਮੇ ਹੈ, ਵਾਈਬਲ ਗੇਰ ਉਸਮੇ ਹੈ, ਪੂਰੀ ਕਟਾਈ ਕੀ ਹੋਈ ਹੈ, ਫੁੱਲ ਉਸਮੇ ਹੈ, ਫੁੱਲ ਇਸਮੇ ਹੈ, ਠੀਕ ਹੈ, ਔਰ ਕੋਈ ਚੇਂਜ ਨਹੀਂ ਕੀਆ ਹੁਆ ਕੰਪਨੀ ਨੇ, ਬਾਕੀ ਸਭ ਸੇਮ ਹੈ। ਯੇ ਤੋ ਯੇ ਥੀ ਜੋ ਮੇਨ ਬਾਤ ਹੈ ਇਨਕੀ, ਕਿਉਂਕਿ ਕਿਸੇ ਜ਼ਿਮੀਂਦਾਰ ਕੇ ਘਰ ਪਰ ਹੀ ਆਪਣੇ ਕੋ ਮਿਲ ਗਈ ਹੈ, ਔਰ ਕੋਈ ਬਾਤ ਨਹੀਂ ਹੈ, ਬਾਕੀ ਸਭ ਸੇਮ ਹੈ। ਕੋਈ ਵੀ ਜ਼ਿਮੀਂਦਾਰ ਲੇਗਾ ਉਸਮੇ 30 ਸਪੀਡ ਅਗਰ ਇਸਮੇ ਆ ਜਾਏ ਤੋ ਯੇ ਟ੍ਰੈਕਟਰ ਜੈਸਾ ਕੋਈ 45 ਜੈਸਾ ਮੁਝੇ ਨਹੀਂ ਲੱਗਤਾ ਕੋਈ ਉਸਕੇ ਬਰੋਬਰ ਰੁਕੇਗਾ, ਅਗਰ 30 ਸਪੀਡ ਮੇਂ ਯੇ ਟ੍ਰੈਕਟਰ ਆ ਜਾਏ ਤੋ ਅਗਰ ਕੰਪਨੀ ਵਾਲੇ ਉਹ ਤੱਕ ਵੀ ਇਹ ਆਵਾਜ਼ ਪਹੁੰਚੇਗੀ ਜਾਂ ਵੀਡੀਓ ਦੇਖੇਗੇ ਤੋ ਮੇਰੀ ਉਸੇ ਵੀ ਗੁਜ਼ਾਰਿਸ਼ ਹੈ, ਅਗਰ ਇਸਮੇਂ 30 ਸਪੀਡ ਆ ਜਾਏ ਨਾ ਇੱਕ ਵਾਰ 45 ਮੇਂ ਤੋ ਗਜਬ ਹੋ ਜਾਏਗਾ। ਤੋ ਯੇ ਥੇ ਹਮਾਰੀ ਆਜ ਕੀ ਵੀਡੀਓ, ਤੋ ਵੀਡੀਓ ਅੱਛੀ ਲੱਗੇ ਤੋ ਲਾਈਕ ਸ਼ੇਅਰ ਕਰ ਦੇਣਾ, ਤੋ ਧੰਨਵਾਦ ਸਭ।